ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਗੁਰਬਾਣੀ ਗੁਰੂ ਦੇ ਰਾਹੀ ਸਮਝਾਇਆ ਇਨ ਪੰਚਨ ਮੇਰੋ ਮਨ ਜੋ ਵਿਗਾੜਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਤ ਦੇਖੂ ਤਤ ਦੁੱਖ ਕੀ ਰਾਸੀ ਅਜੋ ਨਾ ਪੜਾਏ ਨਿਗਮ ਭਏ ਸਤਖੀ ਸਤਿਪਾਠਾ ਕਹਿੰਦੇ ਪੰਜ ਦੂਤ ਜਿਹੜੇ ਸਾਡੀ ਦੇਹੀ ਦੇ ਵਿੱਚ ਵਰਾਜਮਣ ਨੇ ਇਹਨਾਂ ਨੇ ਹਰ ਵਕਤ ਵਿਚਾਰ ਤੇ ਆਕਾਰ ਦੇ ਨਾਲ ਐਸ ਕਿਸਮ ਦੀ ਕਹਾਣੀ ਮਨ ਦੇ ਵਿੱਚ ਚਲਾ ਚਲਾ ਕੇ ਮਨ ਦੇ ਵਿੱਚ ਬਲਵਲੇ ਪੈਦਾ ਕਰਕੇ ਅਕਾਲ ਪੁਰਖ ਦੇ ਪ੍ਰਤੀ ਸ਼ੱਕ ਪੈਦਾ ਕਰਕੇ ਬੇਵਿਸ਼ਵਾਸੀ ਪੈਦਾ ਕਰਕੇ ਇਸ ਤਰੀਕੇ ਸਾਡੇ ਮਨ ਨੂੰ ਅਕਾਲ ਪੁਰਖ ਦੇ ਨਾਲੋਂ ਪਾੜ ਦਿੰਦਾ ਹੈ ਸਾਡੀ ਸੁਰਤ ਨੂੰ ਤੋੜ ਦਿੰਦਾ ਹੈ ਕਿੰਦੇ ਪਲ-ਪਲ ਹਰਜੀਤ ਅੰਦਰ ਪਾਰਿਓ ਇੱਕ-ਇੱਕ ਪਲ ਜੋ ਦੁਨੀਆ ਦੇ ਵਿੱਚ ਸਮੇਂ ਨੂੰ ਅੱਗੇ ਤੋਰਦਾ ਹੈ ਪਲ-ਪਲ ਅਸੀਂ ਦੂਰ ਹੋ ਗਏ ਹਾਂ ਮਾਰੇ ਸੱਚੇ ਪਾਤਸ਼ਾਹ ਤੋਂ ਇੰਨੀ ਦੂਰੀ ਬਣ ਗਈ ਹੈ ਕਿ ਹਾਲਾਂਕਿ ਸੱਚੇ ਪਾਤਸ਼ਾਹ ਸਾਡੇ ਅੰਗ ਸੰਗ ਨੇ ਤੇ ਸਨਮੁਖ ਨੇ ਅਸੀਂ ਬੇਮਕ ਹੋ ਗਏ ਪਲ ਪਲ ਜੱਤ ਦੇਖੂੰ ਤਤ ਦੁੱਖ ਕੀ ਰਾਸੀ ਅਜੋ ਨਾ ਪੜਾਏ ਨਿਗਮ ਭਏ ਸਾਖੀ ਜਿੱਧਰ ਨਜ਼ਰ ਮਾਰੀਏ ਕਹਿੰਦੇ ਦੁੱਖ ਦੀਆਂ ਹਨੇਰੀਆਂ ਹੀ ਚੱਲਦੀਆਂ ਨੇ ਪਰਿਵਾਰ ਦੇ ਵਿੱਚ ਵੇਖ ਲਈਏ ਉੱਥੇ ਕਲਾ ਕਲੇਸ਼ ਖੇਤੀ ਵਪਾਰ ਦੇ ਵਿੱਚ ਦੇਖ ਲਈਏ ਉੱਥੇ ਕਲਾ ਕਲੇਸ਼ ਸਰੀਰ ਪਾਸੋਂ ਦੇਖ ਲਈਏ ਉਧਰੋਂ ਦੁੱਖ ਦਿੱਕਤਾਂ ਰੁਕਾਵਟਾਂ ਐਸਾ ਕੋਈ ਪਾਸਾ ਹੀ ਨਹੀਂ ਬਚਿਆ ਵੀ ਜਿੱਥੇ ਸਾਡਾ ਮਨ ਸੁਖ ਲੈ ਲਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਸਾਰਾ ਹੀ ਪਰਮੇਸ਼ਰ ਤੋਂ ਪਲ-ਪਲ ਦੂਰ ਹੋਣ ਕਰਕੇ ਹੋਇਆ ਜਿਵੇਂ ਸਾਨੂੰ ਮਹਾਰਾਜ ਨੇ ਸਮਝਾਇਆ ਕਿ ਸਾਰਾ ਸਾਡਾ ਇਹ ਜਿਹੜਾ ਸਰੀਰ ਹੈ ਇਹ ਬ੍ਰਹਿਮੰਡ ਦਾ ਨਕਸ਼ਾ ਹੈ ਜਿੰਨਾ ਬ੍ਰਹਿਮੰਡ ਹੈ ਉਹ ਇਸ ਸਰੀਰ ਦੀ ਤਰ੍ਹਾਂ ਬਣਾਵਟ ਦੇ ਵਿੱਚ ਹੈ ਚਾਹੇ ਆਪਾਂ ਕਹਿ ਲਈਏ ਵੀ ਜਿਵੇਂ ਦਾ ਸਾਡਾ ਸਰੀਰ ਹੈ ਓਵੇਂ ਦਾ ਹੀ ਬ੍ਰਹਿਮੰਡ ਹੈ ਤੇ ਚਾਹੇ ਆਪਾਂ ਇਹ ਕਹਿ ਲਈਏ ਵੀ ਜਿੰਨਾ ਬ੍ਰਹਿਮੰਡ ਦੇ ਵਿੱਚ ਪਸਾਰਿਆ ਉਹ ਸਾਰਾ ਹੀ ਸਾਡੇ ਸਰੀਰ ਦੇ ਵਿੱਚ ਪਸਾਰਿਆ ਇਹ ਪੈਰਲਲ ਨੇ ਸਿਰ ਤੋਂ ਲੈ ਕੇ ਸਿਰ ਦੀ ਚੋਟੀ ਤੋਂ ਲੈ ਕੇ ਪੈਰਾਂ ਦੇ ਪੰਜਿਆਂ ਤੱਕ ਉਂਗਲੀਆਂ ਤੱਕ ਇਹਦੇ ਵਿੱਚ ਸਾਰੀਆਂ ਧਰਤੀਆਂ ਖੰਡ ਬ੍ਰਹਿਮੰਡ ਜੂਨਾ ਪਤਾਲ ਅਗਾਸ ਬ੍ਰਹਮਾ ਵਿਸ਼ਨ ਮਹੇਸ਼ ਪਉਣ ਪਾਣੀ ਵਿਸੰਤਰ ਧਰਤੀ ਆਕਾਸ਼ ਦੇ ਤਤ ਉਹਨਾਂ ਦੀ ਬਟਾ ਬਣਾਵਟ ਨਕਸ਼ੇ ਰੂਪ ਦੇ ਵਿੱਚ ਮੌਜੂਦ ਨੇ ਇਸ ਸਰੀਰ ਦੇ ਵਿੱਚ ਇੱਕ ਐਸਾ ਨਕਸ਼ਾ ਹੈ ਜਿਥੋਂ ਅਸੀਂ ਬ੍ਰਹਿਮੰਡ ਦੇ ਵਿੱਚ ਪ੍ਰਵੇਸ਼ ਕਰ ਸਕਦੇ ਹਾਂ ਉਹ ਇਸੇ ਸਰੀਰ ਦੇ ਵਿੱਚ ਹੀ ਸਾਡੇ ਜਿੱਥੇ ਨੇਤਰਾਂ ਦੇ ਦਰਮਿਆਨ ਜਿੱਥੋਂ ਪਵਨ ਨਾਸਕਾ ਦੇ ਵਿੱਚੋਂ ਦੀ ਹੋ ਕੇ ਪਵਨ ਅੰਦਰ ਵੱਲ ਨੂੰ ਮੁੜਦੀ ਹੈ ਤੇ ਸਾਡੇ ਗਲੇ ਦੇ ਵਿੱਚ ਪ੍ਰਵੇਸ਼ ਹੋ ਕੇ ਤੇ ਨਾਭੀ ਤੱਕ ਜਾਂਦੀ ਹੈ ਜਿੱਥੇ ਬੀਬੀਆਂ ਬਿੰਦੀ ਲਾਉਂਦੀਆਂ ਨੇ ਇਸ ਪੁਆਇੰਟ ਤੋਂ ਉੱਪਰ ਅਕਾਲ ਪੁਰਖ ਦਾ ਵਾਸ ਹੈ ਇਥੋਂ ਜਿਹੜਾ ਸੁਖਮ ਮਨ ਹੈ ਇੱਕ ਬਿੰਦੂ ਤੋਂ ਵੀ ਛੋਟਾ ਮਨ ਹੈ ਪੂਰੇ ਬ੍ਰਹਿਮੰਡ ਦੇ ਵਿੱਚ ਇੱਕ ਬਿੰਦੂ ਸਮਾਨ ਵੀ ਨਹੀਂ ਆਪਾਂ ਕਹਿ ਲਈਏ ਅਕਾਲ ਪੁਰਖ ਦੇ ਕਰੋੜਾਂ ਰੋਮਾਂ ਦੇ ਵਿੱਚੋਂ ਇੱਕ ਰੋਮ ਹੈ ਉਹ ਇਥੋਂ ਦੀ ਪ੍ਰਵੇਸ਼ ਕਰਕੇ ਆਪਦੀ ਜੀਵਨ ਯਾਤਰਾ ਨੂੰ ਖਤਮ ਕਰਦਾ ਹੈ ਅਮਰ ਹੁੰਦਾ ਹੈ ਪਰ ਭੇਤਨਾ ਹੁਣ ਕਰਕੇ ਇਹ ਕੇਸਾਂ ਦੇ ਗੜ ਤੋਂ ਲੈ ਕੇ ਤੇ ਪੈਰਾਂ ਤੱਕ ਇਹ ਸਰਕਟ ਘਟਦਾ ਰਹਿੰਦਾ ਹੈ ਹਰ ਯੁੱਗ ਦੇ ਵਿੱਚ ਆਪਾਂ ਕਹਿ ਲਈਏ ਇਸ ਸਰੀਰ ਦੇ ਨਕਸ਼ੇ ਤੋਂ ਹੀ ਗਣ ਲਈਏ ਜੇ ਕੇਸਾਂ ਤੋਂ ਲੈ ਕੇ ਪੈਰਾਂ ਦੇ ਪੰਜਿਆਂ ਤੱਕ ਮਨ ਨੂੰ ਜੂਨ ਭੋਗਣੀ ਪੈ ਜਾਵੇ ਸਿਰ ਦੀ ਚੋਟੀ ਤੋਂ ਲੈ ਕੇ ਤੇ ਪੈਰਾਂ ਦੇ ਪੰਜਿਆਂ ਤੱਕ ਇਹਦੇ ਵਿੱਚ ਸਾਰਾ ਬ੍ਰਹਿਮੰਡ ਆ ਜਾਂਦਾ ਹੈ ਜੋ ਸਾਡਾ ਧੜ ਹੈ ਨਾਭ ਤੋਂ ਲੈ ਕੇ ਮੁਖ ਤੱਕ ਇਹਦੇ ਵਿੱਚ ਤਾਂ ਖੇਲ ਚੱਲਦੀ ਹੈ ਤੇ ਜੋ ਸਾਡੀਆਂ ਬਾਹਾਂ ਨੇ ਤੇ ਦੋ ਲੱਤਾਂ ਨੇ ਇਹ ਇਸ ਰੁੱਖ ਦੀਆਂ ਸ਼ਾਖਾਵਾਂ ਨੇ ਇਹ ਟਾਹਣੀਆਂ ਨੇ ਪਰ ਜੇ ਇਸ ਸਰੀਰ ਦੇ ਸਿਰ ਤੋਂ ਲੈ ਕੇ ਪੈਰਾਂ ਦੇ ਪੰਜਿਆਂ ਤੱਕ ਜੂਨ ਭੋਗਣੀ ਪੈ ਜਾਵੇ ਤੇ ਕਰੋੜਾਂ ਯੁੱਗ ਵੀ ਘਟ ਪੈ ਜਾਣਗੇ ਇੰਨਾ ਵੱਡਾ ਇਸ ਸਰੀਰ ਦੇ ਵਿੱਚ ਨਕਸ਼ਾ ਹੈ ਤੇ ਸਾਡਾ ਮਨ ਇੰਨੀਆਂ ਜੂਨਾ ਭੋਗਦਾ ਹੋਇਆ ਆਹ ਜਿਹੜਾ ਸੂਖਮ ਦਰ ਹੈ ਇਹਦੇ ਵਿੱਚੋਂ ਪਰ ਪਾਰ ਹੋ ਕੇ ਪਰਮੇਸ਼ਰ ਦੇ ਪਾਸੇ ਨਹੀਂ ਗਿਆ ਤੇ ਇੱਥੇ ਭੋਗਦਾ ਰਿਹਾ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮਨ ਕੇਤੜਿਆ ਯੁਗ ਭਰਮਿਆ ਚਾਰ ਯੁਗ ਅੱਠ ਯੁਗ 10 ਯੁਗ 40 ਯੁਗ ਨਹੀਂ ਕੇਤੜਿਆ ਇਹ ਮਨ ਕੇਤੜਿਆ ਯੁਗ ਭਰਮਿਆ ਥਿਰ ਰਹੇ ਨਾ ਆਵੇ ਜਾਏ ਹਰ ਭਾਣਾ ਤਾਂ ਪਰਮਾਇਨ ਕਰ ਪਰਪੰਚ ਖੇਲ ਉਪਾਏ ਪਤਾ ਨਹੀਂ ਕਹਿੰਦੇ ਕਿੰਨੇ ਯੁਗ ਹੋ ਗਿਆ ਆਪਾਂ ਕਹਿ ਲਈਏ ਵੀ ਸਰੀਰ ਦੇ ਵਿੱਚ ਹੀ ਢੇੜੇ ਕਢੀ ਜਾਂਦਾ ਇਹ ਸਰੀਰ ਦਾ ਮਤਲਬ ਇਹ ਨਹੀਂ ਵੀ ਮਾਨਸ ਜਾਮਾ ਲਈ ਜਾਂਦਾ ਇਹ ਸਰੀਰ ਬ੍ਰਹਿਮੰਡ ਦਾ ਨਕਸ਼ਾ ਹੈ ਤੇ ਵੱਖ-ਵੱਖ ਬ੍ਰਹਿਮੰਡ ਵੱਖ-ਵੱਖ ਧਰਤੀਆਂ ਵੱਖ-ਵੱਖ 84 ਲੱਖ ਜੁਨਾ ਦੀਆਂ ਕਿਸਮਾਂ ਦੇ ਵਿੱਚ ਇਹ ਜੋ 5.5 ਇਹਨਾਂ ਵਿੱਚ ਲੱਗ ਨਕਸ਼ਾ ਸਾਡੀਆਂ ਲੱਤਾਂ ਵਿੱਚ ਲੱਗ ਨਕਸ਼ਾ ਸਾਡੇ ਨਾਭੀ ਦੇ ਵਿੱਚ ਲੱਗ ਨਕਸ਼ਾ ਸਾਡੇ ਖੱਟ ਚੱਕਰਾਂ ਦੇ ਵਿੱਚ ਲੱਗ ਨਕਸ਼ਾ ਬ੍ਰਹਿਮੰਡ ਦਾ ਨਕਸ਼ਾ ਹੈ ਜਿਹਨੂੰ ਮਹਾਰਾਜ ਕਹਿੰਦੇ ਤੂੰ ਬੇਅੰਤ ਕੋਵਿਰਲਾ ਜਾਣੇ ਸਰੀਰ ਉਸ ਬੇਅੰਤਤਾ ਦਾ ਨਕਸ਼ਾ ਹੈ ਜੋ ਬ੍ਰਹਮੰਡੇ ਪਿੰਡ ਸੋ ਜਾਣੋ ਇਹਦੇ ਵਿੱਚ ਹੀ ਘੁੰਮਦਾ ਰਿਹਾ ਹੁਣ ਕਿਰਪਾ ਹੋਈ ਹੈ ਤੇ ਇਹ ਦਰ ਨੂੰ ਪਾਰ ਕਰਨ ਦਾ ਕਿਉਂਕਿ ਇਹ ਨੇਤਰਾ ਤੋਂ نیچے-नीचे ਜਿਹੜਾ ਸਾਰਾ ਤ੍ਰੈਗੁਣ ਹੈ ਇਹ ਸਾਰੀ ਜੂਣ ਇਸ ਨੇਤਰਾ ਤੋਂ ਪਾਰ ਹੋਣ ਦਾ ਦਰ ਤੋਂ ਬਾਹਰ ਨਿਕਲਣ ਦਾ ਅਕਾਲ ਪੁਰਖ ਨੇ ਲਾਹਾ ਬਖਸ਼ਿਆ ਹੈ ਜਿਨੂੰ ਮਹਾਰਾਜ ਕਹਿੰਦੇ ਇਹ ਮਨ ਕੇਤੜਿਆਂ ਜੁਗ ਭਰਮਿਆਂ ਥਿਰ ਰਹੇ ਨਾ ਵਹਿ ਜਾਏ ਥਿਰ ਨਹੀਂ ਹੋਇਆ ਥਿਰ ਘਰ ਦੇ ਵਿੱਚ ਗਿਆ ਹੀ ਨਹੀਂ ਹਰ ਬਾਣਾ ਤਾਂ ਪਰਮਾਇਨ ਕਰ ਪਰਪੰਚ ਖੇਲ ਉਪਾਏ ਪੰਜਾਂ ਤਤਾਂ ਦੇ ਖੇਲ ਦੇ ਵਿੱਚ ਇਹ ਉਲਝਿਆ ਰਿਆ ਜਾ ਹਰ ਬਖਸ਼ੇ ਤਾਂ ਗੁਰ ਮਿਲੈ ਅਸਥਰ ਰਹੇ ਸਮਾਏ ਨਾਨਕ ਮਨ ਹੀ ਤੇ ਮਨ ਮੰਨਿਆ ਨਾ ਕਸ਼ਮਰੇ ਨ ਜਾਏ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇੰਦੀਆਂ ਬੇਨਤੀਆਂ ਜੋਦੜੀਆਂ ਸੁਣ ਕੇ ਤੇ ਜਿਹੜਾ ਮਨ ਸੀ ਉਹ ਆਪ ਦੇ ਵਿਚਲੀ ਜੋਤ ਨੂੰ ਪਛਾਣ ਕੇ ਤੇ ਜਦੋਂ ਆਪਦੀ ਜੋਤ ਨੂੰ ਪਛਾਣਿਆ ਆਪਦੇ ਮੂਲ ਨੂੰ ਪਛਾਣਿਆ ਆਪਦੀ ਜੋਤ ਨੂੰ ਵੇਖਿਆ ਕਿ ਇਹ ਮੈਂ ਮੇਰੇ ਅੰਦਰ ਤਾਂ ਸਤਗੁਰੂ ਸਰੂਪ ਹੈ ਉਸ ਸਤਗੁਰੂ ਸਰੂਪ ਨੇ ਇਸੇ ਮਨ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਮਨ ਹੀ ਤੇ ਮਨ ਮੰਨਿਆ ਨਾ ਕਿਛ ਮਰੇ ਨਾ ਜਾਏ ਇਹ ਹੀ ਮਨ ਭੁੱਲਿਆ ਹੋਇਆ ਸੀਗਾ ਇਹੀ ਮਨ ਜਦੋਂ ਅੰਦਰਲੇ ਸਰੂਪ ਨੂੰ ਪਛਾਣ ਗਿਆ ਪ੍ਰਕਾਸ਼ ਨੂੰ ਪਛਾਣ ਗਿਆ ਉਹਨੇ ਅੰਤਰਗਤ ਹੀ ਮਨ ਨੂੰ ਸੁਰਤ ਰੂਪ ਦੇ ਵਿੱਚ ਨਾਮ ਦੇ ਨਾਲ ਜੋੜ ਕੇ ਉਪਦੇਸ਼ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਮਹਾਰਾਜ ਕਹਿੰਦੇ ਇਹ ਮਨ ਸ਼ਕਤੀ ਇਹ ਮਨ ਸੀ ਉਹ ਇਹ ਮਨ ਪੰਚ ਤਤ ਕੋ ਜਿਉ ਇਹ ਮਨ ਸ਼ਕਤੀ ਵਿੱਚ ਵਿਚਰਦਾ ਰਿਹਾ ਆਪ ਦਾ ਸ਼ਕਤੀ ਰੂਪ ਆਪ ਦਾ ਮਾਇਆ ਦਾ ਰੂਪ ਇਸਤੇਮਾਲ ਕਰਦਾ ਰਿਹਾ ਮਾਇਆ ਦੇ ਰੂਪ ਦੇ ਵਿੱਚ ਧਿਆਨ ਦਿੰਦਾ ਰਿਹਾ ਇਸ ਕਰਕੇ ਕਿਤੜਿਆਂ ਜੁਗ ਭਰਮਿਆਂ ਫਿਰ ਰਹੇ ਨਾ ਆਵੇ ਨਜਾਰੇ ਪਰ ਜਦੋਂ ਪੂਰਨ ਸਾਧੂ ਮਿਲੇ ਮਨ ਦੀ ਪਹਿਚਾਣ ਕਰਾਈ ਮਨ ਦੀ ਜੋਤ ਦੀ ਪਹਿਚਾਣ ਕਰਵਾਈ ਤੇ ਫਿਰ ਜਿੱਥੋਂ ਜੋਤ ਜੋਤ ਪ੍ਰਗਟ ਹੋ ਰਹੀ ਹੈ ਉਸ ਮੂਲ ਸਰੂਪ ਸਤਪੁਰਖ ਦੇ ਉੱਪਰ ਧਿਆਨ ਲਗਵਾ ਦਿੱਤਾ ਉਸੇ ਦਿਨ ਤੋਂ ਹੀ ਉਸੇ ਵਕਤ ਤੋਂ ਹੀ ਉਸੇ ਖਿੰਨ ਤੋਂ ਹੀ ਇਸ ਮਨ ਦੀ ਮਤ ਬਦਲ ਗਈ ਕਿਉਂਕਿ ਮੂਲ ਦੇ ਨਾਲ ਕਨੈਕਸ਼ਨ ਹੋ ਗਿਆ ਕਿਹੜੀ ਅਵਸਥਾ ਵਿੱਚ ਚਲਾ ਗਿਆ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ ਇਹ ਨੇਤਰ ਹੁੰਦਿਆਂ ਵੇਖਣ ਲੱਗਾ ਇਹਨਾਂ ਨੇਤਰਾਂ ਨੂੰ ਇਸਤਮਾਲ ਕਰਨਾ ਛੱਡ ਗਿਆ ਤੇ ਆਪ ਦੇ ਧਿਆਨ ਦੇ ਵਿੱਚ ਵੇਖਣ ਲੱਗਾ ਇਹਨਾਂ ਕੰਨਾਂ ਦੇ ਹੁੰਦਿਆਂ ਹੋਰ ਆਪ ਦੇ ਕੰਨਾਂ ਦੇ ਨਾਲ ਸਰਵਣ ਕਰਨ ਲੱਗਾ ਉਹ ਸਤਪੁਰਖ ਦੀ ਜੋਤ ਸਰੂਪੀ ਜਿਹੜੇ ਕੰਨ ਸਰਵਣ ਦਿੱਤੇ ਐ ਉਹਨਾਂ ਦੇ ਰਾਹੀਂ ਚੱਲਣ ਲੱਗਾ ਆਪ ਦੀ ਸੁਰਤੀ ਦੇ ਰਾਹੀਂ ਚੱਲਦਾ ਸੀਗਾ ਤੇ ਫਿਰ ਅਸਲ ਜਦੋਂ ਸਾਧੂ ਦਾ ਸੰਜੋਗ ਹੋਇਆ ਉਸ ਸੁਰਤ ਦਾ ਭੇਤ ਆਇਆ ਸੁਰਤੀ ਸੁਰਤ ਰਲਾਈਆ ਏਤ ਤਨਕਰਤੁਲ ਹਲੰਗੇ ਜੇਤ ਉਸ ਸੁਰਤੀ ਦਾ ਪੇਤ ਆਇਆ ਜਿਸ ਸੁਰਤੀ ਦੇ ਰਾਹੀ ਸਾਰਾ ਸੰਸਾਰ ਚੱਲਦਾ ਪਿਆ ਉਹਨੂੰ ਕਹਿੰਦੇ ਨਾਨਕ ਹੁਕਮ ਪਛਾਨਕੈ ਤਉ ਖਸਮੈ ਮਿਲਣਾ ਉਸ ਸੁਰਤ ਦਾ ਪੇਤ ਆ ਗਿਆ ਜਦੋਂ ਸਤਪੁਰਖ ਤੇ ਉਪਰ ਸਾਹਮਣੇ ਧਿਆਨ ਲੱਗਿਆ ਉਹ ਸਤਪੁਰਖ ਦੇ ਉਪਰ ਧਿਆਨ ਲੱਗਦਿਆਂ ਹੀ ਉਹ ਨਾਮ ਦੀ ਰੋਹ ਚੱਲੀ ਤੇ ਉਸ ਸੁਰਤ ਦਾ ਪੇਤ ਆਇਆ ਉੱਥੇ ਫਿਰ ਕਹਿਣ ਲੱਗਾ ਮੇਰਾ ਮੁਜਮਹਿ ਕਿਸ਼ ਨਹੀਂ ਜੋ ਕਿਸ਼ ਹੈ ਸੋ ਤੇਰਾ ਤੇ ਰਾਤੋ ਜੀ ਕੋ ਸੌਂਪ ਤੇ ਕੀ ਲਾਗੇ ਸੋ ਆਪਾਂ ਖਤਮ ਹੋ ਗਿਆ ਹਰ ਤੱਤ ਦਾ ਭੇਤ ਆ ਗਿਆ ਹਰੀ ਦੇ ਪਦ ਦਾ ਭੇਤ ਆ ਗਿਆ ਜਿੱਥੇ ਮਹਾਰਾਜ ਜੀ ਕਹਿੰਦੇ ਰਾਮ ਨਾਮ ਧਨ ਸੰਚਵੈ ਸਾਚ ਸਾ ਭਗਵੰਤ ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰह्म बसे चित ਦੁਰਮਤ ਖਤਮ ਹੋ ਗਈ ਤੇ ਖਤਮ ਹੋਈ ਕਿਵੇਂ ਕਹਿੰਦੇ ਬੁੱਧ ਪਾਠ ਨਾ ਪਾਈਐ ਬਹੁਤ ਚਤਰਾਈਐ ਭਾਏ ਮਿਲੇ ਮਨ ਬਾਣੇ ਵੀ ਕਿਤੇ ਕੋਈ ਸਾਨੂੰ ਦੁਨਿਆਵੀ ਬੁੱਧੀ ਨਾਲ ਪਾਠ ਕਰਕੇ ਵੇਦ ਪੜ੍ਹ ਕੇ ਨਹੀਂ ਜਦੋਂ ਮਨ ਭਾਣੇ ਦੇ ਵਿੱਚ ਆ ਗਿਆ ਸਮਰਪਣ ਦੇ ਵਿੱਚ ਆ ਗਿਆ ਸਾਧੂਆਂ ਨੇ ਬਚਨ ਕੀਤਾ ਕਿ ਆਹ ਹਰੀ ਦਾ ਪਦ ਹੈ ਆਹ ਨੀਚਲ ਪਦ ਹੈ ਆਹ ਸਾਹਮਣੇ ਤੁਹਾਡੇ ਉਹ ਮੂਲ ਜੋਤ ਹੈ ਜਿੰਦੇ ਵਿੱਚ ਤੁਸੀਂ ਪ੍ਰਗਟ ਹੋਇਓ ਤੁਸੀਂ ਇਹਦੇ ਉੱਪਰ ਧਿਆਨ ਰੱਖੋ ਧਿਆਨ ਰੱਖਣ ਦਾ ਉਹਨਾਂ ਨੇ ਤਰੀਕਾ ਦੱਸ ਦਿੱਤਾ ਤਰੀਕੇ ਨੂੰ ਵੇਖ ਕੇ तरीके ਨੂੰ ਸਿੱਖ ਕੇ ਜਦੋਂ ਉਸ ਸੱਚ ਦੇ ਉੱਪਰ ਧਿਆਨ ਰੱਖਿਆ ਤੇ ਫਿਰ ਕਹਿਣ ਲੱਗਾ ਨਿਜਪਦ ਉੱਪਰ ਲਾਗੋ ਧਿਆਨ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆ ਨਿਜਪਦ ਦੇ ਉੱਪਰ ਧਿਆਨ ਲੱਗ ਗਿਆ ਦੁਨਿਆਵੀ ਜੋਤ ਦਾ ਇਸਤੇਮਾਲ ਕਰਦਾ ਸੀਗਾ ਬੜਾ ਕੁਝ ਦੇਖਦਾ ਸੀ ਬੜੇ ਹੋਰ ਨਿਗਾਹ ਦੇ ਨਾਲ ਦੇਖਦਾ ਸੀ ਪੰਜ ਤਰੀਕਿਆਂ ਦੀਆਂ ਨਿਗਾਹ ਦਾ ਇਸਤੇਮਾਲ ਕਰਦਾ ਸੀ ਕਦੇ ਕਾਮ ਦੀ ਨਿਗਾਹ ਕਦੇ ਕਰੋਧ ਦੀ ਲੋਭ ਮੋਹ ਹੰਕਾਰ ਦੀ ਨਿਗਾਹ ਤੇ ਇਸਤੇਮਾਲ ਕਰਦੇ ਸੀ ਤੇ ਹਮੈ ਨੇ ਤਾਂ ਬੱਜਰ ਪਹਿਰਾ ਦਿੱਤਾ ਹੋਇਆ ਸੀ ਉਹਦੀ ਨਿਗਾਹ ਤੇ ਉਹ ਨਿਗਾਹ ਛੱਡ ਕੇ ਜੋ ਸਾਧੂਆਂ ਨੇ ਨਿਗਾਹ ਬਖਸ਼ੀ ਨਿਜ ਪਦ ਦੇ ਉੱਪਰ ਧਿਆਨ ਰੱਖਣ ਦੀ ਉਸ ਨਿਗਾਹ ਨੂੰ ਚਾਣ ਕਰ ਲਿਆ ਜਦੋਂ ਨਿਜ ਪਦ ਦੇ ਉੱਪਰ ਬੈਠਾ ਜਿਹੜੇ ਪੰਜਾਂ ਨੇ ਪਲ-ਪਲ ਕਰਕੇ ਮਾਲਕ ਦੇ ਕੋਲੋਂ ਪਾੜਿਆ ਸੀ ਉਹਨਾਂ ਦੇਖਿਆ ਵੀ ਇਹਦਾ ਸਾਡਾ ਮਿਸ਼ਨ ਫੇਲ ਹੋ ਗਿਆ ਕਿਉਂਕਿ ਜੇ ਇੱਕ ਮਨ ਮੁਕਤ ਹੋਵੇ ਤੇ ਉਹ ਆਪ ਦੀਆਂ 21 ਕੁਲਾ ਤਾਰ ਜਾਂਦਾ ਹੈ ਮਹਾਰਾਜ ਨੇ ਗੁਰਬਾਣੀ ਵਿੱਚ ਵੀ ਕਿਹਾ ਨਾ ਸੰਤ ਜਨਾ ਕੇ ਹਰ ਜਿਉ ਕਾਰਜ ਸਵਾਰੇ ਪ੍ਰਹਲਾਦ ਜਨ ਕੇ 21 ਕੁਲ ਉਧਾਰੇ ਜੇ ਉਹ ਇੱਕ ਮਨ ਮੁਕਤ ਹੋ ਗਿਆ ਤੇ ਆਪਦੀਆਂ ਇੱਕ ਇੱਕ ਉਲਾ ਤਰ ਜਾਂਦਾ ਹੈ ਮੁਕਤ ਹੋਣ ਤੋਂ ਬਾਅਦ ਆਪਦੀਆਂ ਕੁਲਾਂ ਦਾ ਉਧਾਰ ਕਰਨ ਤੋਂ ਬਾਅਦ ਆਪਦੇ ਪੰਜਾਂ ਤਤਾਂ ਦੇ ਸਰੀਰ ਦਾ ਉਧਾਰ ਕਰਨ ਤੋਂ ਬਾਅਦ ਫਿਰ ਜਦੋਂ ਉਹ ਪ੍ਰਚਾਰ ਕਰਕੇ ਦੂਸਰਿਆਂ ਨੂੰ ਉਪਦੇਸ਼ ਕਰਨ ਲੱਗਦਾ ਹੈ ਫਿਰ ਪਤਾ ਨਹੀਂ ਕਿੰਨੀਆਂ ਕੁ ਕੁਲਾਂ ਦਾ ਉਧਾਰ ਕਰ ਜਾਂਦਾ ਜੋ ਕਿਣਕਾ ਉਹਨੇ ਆਪਦੇ ਅੰਦਰ ਨੰਨ ਮੰਨਿਆ ਜਿਸ ਨਾਮ ਦਾ ਉਹਨੇ ਆਪਦੇ ਅੰਦਰ ਆਨੰਦ ਮੰਨਿਆ ਜਦੋਂ ਉਸੇ ਨਾਮ ਦਾ ਉਸੇ ਕਿੜਕੇ ਦਾ ਉਸ ਲੋਕਾਈ ਦੇ ਵਿੱਚ ਭੇਤ ਦਿੰਦਾ ਤਾਂ ਪਤਾ ਨਹੀਂ ਫਿਰ ਕਿੰਨੀਆਂ ਕੁ ਕੁਲਾ ਉਧਾਰ ਕਰ ਦਿੰਦਾ ਤੇ ਪੰਜ ਜਿਹੜੇ ਨੇ ਉਹ ਸੋਚੀ ਪਏ ਜਾਂਦੇ ਨੇ ਫਿਕਰੀ ਪਏ ਜਾਂਦੇ ਨੇ ਵੀ ਅਸੀਂ ਤਾਂ ਸਵੇਰ ਤੋਂ ਮਿਹਨਤ ਕਰਦੇ ਸੀ ਸਵੇਰ ਤੋਂ ਹੀ ਇਹਨੂੰ ਕਰਮ ਦੇ ਨਾਲ ਅਸੀਂ ਦ੍ਰਿੜ ਕਰਵਾਉਣਾ ਸ਼ੁਰੂ ਕਰ ਦਿੰਨੇ ਆ ਦੁਨਿਆਵੀ ਭੋਜਨ ਦੇ ਨਾਲ ਇਹਦਾ ਪਿਆਰ ਬਣਾਉਣਾ ਸ਼ੁਰੂ ਕਰ ਦਿੰਨੇ ਆ ਦੁਨਿਆਵੀ ਸਰੀਰ ਦੇ ਨਾਲ ਇਹਦਾ ਪਿਆਰ ਪਾਉਣਾ ਸ਼ੁਰੂ ਕਰ ਦਿੰਨੇ ਆ ਕਰਮ ਦੇ ਪ੍ਰਤੀ ਅਸੀਂ ਪ੍ਰੇਰਦੇ ਆ ਆਸ਼ਾ ਭਲਾਸ਼ਾ ਦੇ ਪ੍ਰਤੀ ਪ੍ਰੇਰਦੇ ਆ ਇਹ ਸਮਝ ਕਿਵੇਂ ਗਿਆ ਇਹ ਹੁਣ ਸਾਡੇ ਦੇਸ਼ ਦੇ ਵਿੱਚ ਸੇਂਦ ਲਾਏਗਾ ਇਹ ਕਰੇਗਾ ਕੁਝ ਨਾ ਕੁਝ ਫਿਰ ਉਹ ਸਾਡਾ ਜਿਹੜਾ ਨਿਜਪੱਧ ਦੇ ਉੱਪਰ ਧਿਆਨ ਲੱਗਾ ਉਹਨੂੰ ਪੱਟਣ ਦੇ ਲਈ ਯਤਨ ਕਰਦੇ ਨੇ ਉਧਰੋਂ ਧਿਆਨ ਮੋੜਨ ਦੇ ਲਈ ਉਹ ਸਾਡੇ ਅੰਦਰ ਬਾਹਰ ਕਿਉਂਕਿ ਇਹ ਪੰਜ ਤੱਤ ਦਾ ਜਿਹੜਾ ਪਸਾਰਾ ਹੈ ਇਹ ਕਾਲ ਦੇ ਵਸ ਹੈ ਉਹ ਫਿਰ ਸਾਨੂੰ ਵਿਚਾਰਾਂ ਦੇ ਵਿੱਚ ਪਾਉਣ ਦੇ ਲਈ ਸਾਨੂੰ ਡੁਲਾਉਣ ਦੇ ਲਈ ਧੜਿਆਂ ਦਾ ਇਸਤੇਮਾਲ ਕਰਦੇ ਨੇ ਹਉਮੈ ਦਾ ਇਸਤੇਮਾਲ ਕਰਦੇ ਨੇ ਸਾਡੇ ਉੱਤੇ ਤਿੱਖੇ ਬਚਨ ਕਰਵਾਏ ਜਾਂਦੇ ਨੇ ਸਾਡੀ ਨਿੰਦਿਆ ਕਰਵਾਈ ਜਾਂਦੀ ਹੈ ਪਹਿਲੋ ਸਾਨੂੰ ਨੈਗੇਟਿਵਿਟੀ ਵੱਲ ਪਰੇਰਿਆ ਜਾਂਦਾ ਹੈ ਹੋ ਸਕਦਾ ਸਾਡੇ ਘਰ ਦੇ ਹੀ ਸਾਡੇ ਖਿਲਾਫ ਜੋ ਸੰਯੋਗੀ ਨੇ ਬਚਨ ਕਰਨੇ ਸ਼ੁਰੂ ਕਰ ਦੇਣ ਕੋਈ ਇੱਕ ਅਦਾ ਸੰਯੋਗੀ ਸਾਡੇ ਅੱਗੇ ਅੜ ਜਾਏ ਸਾਡਾ ਵੀ ਜਪੜ ਨਾ ਦੇਵੇ ਜਾਂ ਸਾਡੇ ਉੱਤੇ ਐਸੇ ਹੀ ਬਚਨ ਕਰੇ ਹੋ ਸਕਦਾ ਸਮਾਜ ਦੇ ਵਿੱਚੋਂ ਕੋਈ ਖੜਾ ਕਰ ਦੇ ਸਾਡੀ ਨਿੰਦਿਆ ਕਰਵਾਉਣੀ ਸ਼ੁਰੂ ਕਰ ਦਿੰਦੇ ਆ ਦੁਨਿਆਵੀ ਕਾਰਜ ਜਿਹੜੇ ਪੰਜਾਂ ਦੇ ਨੇ ਉਹ ਵਿਗਾੜਨੇ ਸ਼ੁਰੂ ਕਰ ਦਿੰਦੇ ਜਦੋਂ ਇਹ ਮਨ ਫਿਰ ਸਾਧੂਆਂ ਦਾ ਪੂਰਨ ਭਰੋਸਾ ਕਰਕੇ ਤੇ ਸਾਧੂ ਕਹਿੰਦੇ ਨੇ ਇਸ ਨਿਜ ਪਦ ਦੇ ਉਪਰੋ ਧਿਆਨ ਨਹੀਂ ਪਟਣਾ ਤੇ ਜੇ ਧਿਆਨ ਤੁਹਾਡਾ ਡੋਲਦਾ ਹੈ ਡਿੱਗਦਾ ਹੈ ਲੱਗਦਾ ਹੈ ਵੀ ਉਥੇ ਨਹੀਂ ਟਿਕਦਾ ਤੇ ਆਹ ਕਹਿੰਦੇ ਗੁਰ ਕੇ ਬਾਣ ਬਜਰ ਕਲਛੇਦੀ ਪ੍ਰਗਟਿਆ ਪਦ ਪ੍ਰਗਾਸਾ ਇਹ ਗੁਰੂ ਦਾ ਬਾਣ ਗੁਰੂ ਦਾ ਸ਼ਬਦ ਹੈ ਜਿਹੜਾ ਇਹ ਮੁੱਖੋਂ ਨਹੀਂ ਛੱਡਣਾ ਤੁਹਾਡਾ ਧਿਆਨ ਕੋਈ ਨਿਜ ਪਦ ਦੇ ਉਪਰੋ ਪਟ ਨਹੀਂ ਸਕਦਾ ਉਹ ਗੁਰੂ ਦਾ ਬਾਣ ਸਾਧੂ ਦਿੰਦੇ ਆ ਉਹ ਨਾਲੇ ਸਮਝਾ ਦਿੰਦੇ ਆ ਕਿ ਇਸ ਬਾਣ ਦਾ ਇਸਤੇਮਾਲ ਕਰੀ ਜਾਣਾ ਤੇ ਮਾਇਆ ਤੁਹਾਡਾ ਕੋਈ ਵੀ ਵਿਗਾੜ ਨਹੀਂ ਪਾ ਸਕਦੀ ਗੁਰ ਕੇ ਬਾਣ ਬਜਰ ਕਲ ਬਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ ਸਖਤ ਅੰਧੇਰ ਜੇਵੜੀ ਪਰਮ ਚੁਕਾ ਨਿਹਚਲ ਸੇਵ ਕਰਵਾਸਾ ਇਹ ਜਿਹੜੀ ਸਖਤ ਇਹਨੇ ਅੰਧੇਰ ਜੇਵੜੀਆਂ ਤੁਹਾਡੇ ਉੱਤੇ ਪਾ ਦਿੱਤੀਆਂ ਨੇ ਨਾ ਜਦੋਂ ਤੁਸੀਂ ਗੁਰੂ ਦੇ ਬਾਣ ਦਾ ਇਸਤੇਮਾਲ ਕਰਕੇ ਵਾਹ ਗੁਰੂ ਵਾਹ ਗੁਰੂ ਵਾ ਗੁਰੂ ਇਹ ਕਰਦੇ ਰਹੋਗੇ ਸਖਤ ਅੰਧੇਰ ਜੇਵੜੀ ਭਰਮ ਚੁਕਾ ਨਹੀਂ ਚਲ ਸੇਵ ਕਰਵਾਸਾ ਸ਼ਿਵ ਦੇ ਘਰ ਵਸਾ ਹੁੰਦਾ ਰਹੇਗਾ ਪਰਮੇਸ਼ਰ ਸ਼ਿਵ ਪ੍ਰਕਾਸ਼ ਰੂਪ ਦੇ ਘਰ ਨਹੀਂ ਤਾਂ ਇਹਨਾਂ ਨੇ ਤਾਂ ਤੁਹਾਡੀ ਡੋਰੀ ਨੂੰ ਜਿਹੜੀ ਤੁਹਾਡੀ ਸੁਰਧ ਰੂਪੀ ਡੋਰੀ ਹੈ ਨਾ ਉਹਨੂੰ ਡਲਾਉਣ ਦੀ ਕੋਸ਼ਿਸ਼ ਕਰਨੀ ਹੈ ਜਦੋਂ ਨਿੰਦਿਆ ਦੇ ਨਾਲ ਨਾ ਡੋਲੋਗੇ ਫਿਰ ਤੁਹਾਡੀ ਸੋਭਾ ਵੀ ਕਰਾਉਣਗੇ ਤੁਹਾਨੂੰ ਮਾਇਆ ਧਨ ਦੇ ਕਾਰਨ ਲਾਲਚ ਵੀ ਦੇਣਗੇ ਤੁਹਾਡੀ ਉਸਤਤ ਵੀ ਕਰਾਉਣਗੇ ਜਿੰਨੂ ਮਹਾਰਾਜ ਕਹਿੰਦੇ ਤਿੰਨ ਬਿਨ ਬਾਣਾ ਧਨਖ ਚੜਾਈ ਹੈ ਇਹ ਜਗ ਬੇਦਿਆ ਭਾਈ ਦੈਦਿਸ਼ ਬੂਢੀ ਭਵਨ ਚੁਲਾਵੇ ਡੋਰ ਰਹੀ ਲੇਵਲਾਈ ਜਦੋਂ ਕਿਸੇ ਦੀ ਉੱਚੀ ਡੋਰ ਚੜਦੀ ਹੈ ਆਪਾਂ ਦੇਖਦੇ ਹਾਂ ਮਕਰਸ਼ਕ੍ਰਾਂਤ ਵਾਲੇ ਦਿਨ ਜਾਣ ਤੌਰ ਤੇ ਜਦੋਂ ਪਟੰਗ ਡਾਉਂਦੇ ਆ ਤੇ ਜਦੋਂ ਉੱਚੀ ਡੋਰ ਕੋਈ ਚੜਾਉਂਦਾ ਹੈ ਪਟੰਗ ਦੀ ਤੇ ਜਿਹੜੇ ਸ਼ਰਾਰਤੀ ਬੱਚੇ ਹੁੰਦੇ ਆ ਉਹ ਆਪਦੀ ਡੋਰੀ ਨੂੰ ਕੱਚ ਲਾ ਕੇ ਕੱਚ ਦੇ ਨਾਲ ਤਿੱਖੀ ਕਰਕੇ ਉਹ ਡੋਰ ਨੂੰ ਕੱਟਦੇ ਆ ਇਸੇ ਤਰੀਕੇ ਜਿਹੜਾ ਮਨ ਸੁਰਤ ਰੂਪ ਕਰਕੇ ਚਤੁਰ ਦਿਸ਼ਾ ਵੱਲ ਵੱਲ ਕਰਦਾ ਚਤੁਰ ਦਿਸ਼ਾ ਕੀ ਨੂੰ ਵੱਲ ਆਪਣਾ ਸਿਰ ਉੱਪਰ ਕਰਤਾ ਰਿਓ ਮਸਤਕ ਦੇ ਉੱਪਰ ਚੌਥੇ ਪਦ ਵੱਲ ਕਰਦਾ ਤੇ ਇਹ ਦੇਖਦਾ ਹੈ ਵੀ ਇਹਦੀ ਪਤੰਗ ਬੜੀ ਉੱਪਰ ਚੜਦੀ ਪਈ ਹੈ ਫਿਰੇ ਆਪ ਤੇ ਆਪ ਦੇ ਵਸ ਕੀਤੇ ਹੋਏ ਮਨਮੁਖਾਂ ਵਸੋਂ ਉਹਦੀ ਜਿਹੜੀ ਡੋਰ ਹੈ ਉਹਨੂੰ ਕੱਟਣ ਦੇ ਲਈ ਯਤਨ ਕਰਦੇ ਨੇ। ਦਹਿ ਇਸ ਬੁੱਢੀ ਭਵਨ ਝੁਲਾਵਾ ਹੈ। ਪਵਨ ਆਪਦਾ ਜ਼ੋਰ ਮਾਰਦੀ ਆ। ਖੱਬੀ ਸੱਜੀ ਸੋਰਾ ਆਪਦਾ ਜ਼ੋਰ ਮਾਰਦੀ ਆ। ਵਿਚਾਰਾਂ ਦਾ ਰੋਹ ਸਾਡੇ ਅੰਦਰ ਜ਼ੋਰ ਮਾਰਦਾ ਹੈ। ਮਨਮੁਖ ਜ਼ੋਰ ਮਾਰਦੇ ਆ। ਪੰਜ ਦ੍ਰਿਸ਼ਟੀ ਦੁਆਰਾ ਜ਼ੋਰ ਮਾਰਦੇ ਆ। ਪਰ ਮਹਾਰਾਜ ਕਹਿੰਦੇ ਡੋਰ ਰਹੀ ਲੇਬਲਾਈ। ਜਿੰਨੇ ਫਿਰ ਗੁਰੂ ਦੇ ਬਾਣ ਦੇ ਨਾਲ ਸਬਦ ਤੇ ਸੱਚ ਤੋਂ ਡੋਰ ਨਾ ਆਪਦੀ ਲਿਵ ਨਾ ਤੋੜੀ ਜਿੰਨਾ ਮਰਜੀ ਇਹ ਤੂਫਾਨ ਲਿਆ ਦੇਣ ਆਸੇ-ਪਾਸੇ ਵਾਲੇ ਇਧਰ ਤੋਂ ਉਧਰ ਹੋ ਜਾਣਗੇ ਤੇ ਸਾਡੀ ਜਿਹੜੀ ਲਿਵ ਹੈ ਉਹ ਸਤਗੁਰ ਦੇ ਚਰਨਾਂ ਦੇ ਵਿੱਚ ਸਤਗੁਰ ਕੇ ਚਰਨ ਧੋਏ ਧੋਏ ਪੀਵਾਂ ਉਹ ਸਤਗੁਰ ਕੀ ਹੈ ਪ੍ਰਕਾਸ਼ ਰੂਪ ਤੇ ਪ੍ਰਕਾਸ਼ ਦੇ ਚਰਨ ਕਿਵੇਂ ਧੋਦੋ ਕੇ ਪੀਣੇ ਨੇ ਪ੍ਰਕਾਸ਼ ਦੇ ਉੱਪਰ ਜਦੋਂ ਧਿਆਨ ਤਰ ਕੇ ਤੁਸੀਂ ਸਹਿਜ ਦੇ ਨਾਲ ਕਰੋਗੇ ਵਾਹ ਗੁਰੂ ਵਾਹ ਗੁਰੂ ਉਧਰ ਤੁਹਾਡੇ ਅੰਦਰ ਨਾਮ ਚੱਲੇਗਾ ਤੇ ਅੰਮ੍ਰਿਤ ਰਸ ਉਹਣਾ ਸ਼ੁਰੂ ਹੋ ਜਾਏਗਾ ਉਸ ਸਤਿਗੁਰ ਦੇ ਚਰਨ ਧੋ ਧੋ ਕੇ ਪੀਤੀ ਜਾਣੀ ਮਾਰੇ ਕਹਿੰਦੇ ਉਣਮਨ ਮਨੂਆ ਸੁੰਨ ਸਮਾਨਾ ਦੁਬਦਾ ਦੁਰਮਤ ਭਾਗੀ ਕਹੋ ਕਬੀਰ ਅਨਭਾਉ ਇੱਕ ਦੇਖਿਆ ਰਾਮ ਨਾਮ ਲਿਬ ਲਾਗੇ ਜਦੋਂ ਵਿਚਾਰ ਲੈ ਨਹੀਂ ਸਿਮਰਨ ਕਰਦੇ ਰਹਿ ਨਾਮ ਵਿੱਚ ਸਮਾਇਰ ਹੈ ਮਾੜਾ ਸਾਡਾ ਸੀ ਜਿਹੜਾ ਉਹ ਉਨਮਨ ਦੇ ਵਿੱਚ ਚੜ ਗਿਆ ਜਿੱਥੇ ਕੋਈ ਫੁਰਨਾ ਹੈ ਹੀ ਨਹੀਂ ਉਹ ਉਹਨੂੰ ਮਨ ਅਵਸਥਾ ਕਹਿੰਦੇ ਆ ਆਪਾਂ ਭੁੱਲ ਗਏ ਤੇ ਕਹਿੰਦੇ ਬੜਾ ਇੱਕ ਅਨੁਭਵ ਸਾਨੂੰ ਹੋਇਆ ਕਿ ਜਦੋਂ ਸ਼ਬਦ ਦਾ ਸਹਾਰਾ ਲੈ ਕੇ ਰੱਖਿਆ ਸੱਚ ਪਸੋਂ ਧਿਆਨ ਨਾਲ ਲੱਗਿਆ ਤੇ ਰਾਮ ਦੇ ਨਾਮ ਨਾਲ ਸਾਡੀ ਲਿਵ ਲੱਗੀ ਦੀ ਉਹ ਲਿਵ ਨੂੰ ਕੋ ਤੋੜ ਨਹੀਂ ਸਕਿਆ ਤੇ ਇਹੀ ਤਾਂ ਸਾਡਾ ਮਨੋਰਥ ਹੈ ਪੂਰਵ ਜਨਮ ਹਮ ਤੁਮਰੇ ਸੇਵਕ ਅਭਤੋ ਮਿਟਿਆ ਨਾ ਜਾਈ ਤੇਰੇ ਤੁਾਰੇ ਤੁਲ ਸਹਿਜ ਕੀ ਮਾਥੇ ਮੇਰੇ ਦਗਾਈ ਦਾਗੇ ਹੋਏ ਸੋ ਰਣ ਮਹਿਜੂਜੈ ਬਿਨ ਦਾਗੇ ਭਗ ਜਾਈ ਪਿਛਲੇ ਜਨਮਾਂ ਦੇ ਵਿੱਚ ਵੀ ਪਿਛਲੇ ਸਮਿਆਂ ਦੇ ਵਿੱਚ ਵੀ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਭਗਤੀ ਕਰਦੇ ਰਹੇ ਹਾਂ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਅਸੀਂ ਵੀ ਉਹਨਾਂ ਪੁਜਾਰੀਆਂ ਵਿੱਚ ਚਾਰ ਬਿਹਾਰੀਆਂ ਵਿੱਚ ਵੇਦ ਦੇ ਸਰੋਤਿਆਂ ਵਿੱਚ ਰਹੇ ਹਾਂ ਪਰ ਕੀ ਹੁੰਦਾ ਸੀ ਭਈ ਭਗਤੀ ਤਾਂ ਕਰਦੇ ਸੀ ਪਰ ਅੰਦਰੋਂ ਲਿਵ ਜੋੜਨ ਦਾ ਭੇਤ ਨਾ ਹੋਣ ਕਰਕੇ ਕਾਲ ਜਦੋਂ ਹੱਲਾ ਮਾਰਦਾ ਸੀ ਵਿਚਾਰਾਂ ਦੀ ਰੋਹ ਚੱਲਦੀ ਸੀ ਪੌਣ ਆਪ ਦਾ ਵਹਾਖ ਖੱਬੇ ਸੱਜੇ ਪਾਸੋਂ ਵਧਾਉਂਦੀ ਸੀ ਤੇ ਅਸੀਂ ਡੋਲ ਜਾਂਦੇ ਸੀ ਫਿਰ ਪਿੱਛੇ हट ਜਾਂਦੇ ਸੀ ਸਾਡੀ ਸੁਰਤੀ ਦੀ ਡੋਰੀ ਨੂੰ ਨਾਮ ਵੱਲ ਜਾਂਦੀ ਦੇਖ ਕੇ ਇਹ ਸਾਨੂੰ ਕੱਟ ਦਿੰਦੇ ਸੀ ਕਿਉਂ ਕੱਟ ਦਿੰਦੇ ਸੀ ਸਾਨੂੰ ਪੂਰਨ ਗੁਰੂ ਨਹੀਂ ਸੀ ਮਿਲਿਆ ਸਾਡਾ ਉਹ ਕਰਮ ਨਹੀਂ ਸੀ ਬਣਿਆ ਕਿ ਅਸੀਂ ਪੂਰਨ ਗੁਰੂ ਦੇ ਨਾਲ ਸੰਪਰਕ ਕਰ ਸਕੀਏ ਜਿੰਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀਤੇ ਮਾਤ ਪਿਤਾ ਸੁੱਤ ਧੀਆ ਕੀਤੇ ਗੁਰ ਚੇਲੇ ਫਨ ਹੁਆ ਕਾਚੇ ਗੁਰ ਤੇ ਮੁਕਤ ਨਾ ਹੁਆ ਕਹਿੰਦੇ ਪਹਿਲੋਂ ਵੀ ਅਸੀਂ ਬੜੇ ਮਾਤਾ ਪਿਤਾ ਸੁੱਤ ਧੀ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਆਉਂਦੇ ਰਹਿੰਨੇ ਆ ਆਏ ਆਏ ਵੀ ਆ ਇਸ ਸੰਸਾਰ ਤੇ ਛਤਰਤੀ ਤੇ ਵੀ ਬਹੁਤ ਵਾਰ ਆਏ ਆ ਅੱਗੇ ਬਚਨ ਕਰਦੇ ਨੇ ਕੀਤੇ ਗੁਰ ਚੇਲੇ ਫਨ ਹੁਆ ਕਿੰਨੇ ਹੀ ਅਸੀਂ ਗੁਰੂ ਕੀਤੇ ਤੇ ਚੇਲੇ ਬਣੇ ਤੇ ਕਿੰਨਿਆਂ ਨੂੰ ਆਪਦੇ ਚੇਲੇ ਵੀ ਬਣਾਇਆ ਪਰ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੁਆ ਕੱਚੇ ਗੁਰ ਤੋਂ ਮੁਕਤ ਨਹੀਂ ਹੋਏ ਕਿਉਂ ਉਹਨੇ ਇਹੀ ਸਤੋਗੁਣੀ ਧਰਮ ਦੇ ਵਿੱਚ ਵੀ ਭਲਾ ਕਰੋ ਜੀ ਲੰਗਰ ਲਾਓ ਜੀ ਕੱਪੜੇ ਵੰਡੋ ਜੀ ਬਸ ਜੀ ਤੁਸੀਂ ਆ ਦੂਰ ਰਹੋ ਜੀ ਆਹ ਖਾਣਾ ਖਾਓ ਆਹ ਖਾਣਾ ਨਾ ਖਾਓ ਸਵੇਰ ਉੱਠ ਕੇ ਨਾ ਉ ਰਾਤ ਨੂੰ ਨਾ ਉ ਕੇਸੀ ਇਸ਼ਨਾਨ ਕਰੋ ਕੇਸੀ ਇਸ਼ਨਾਨ ਨਾ ਕਰੋ ਲੰਮੇ ਵਾਲ ਰੱਖੋ ਸਿਰ ਦੇ ਉੱਪਰੋਂ ਵਾਲਾਂ ਨੂੰ ਝਾੜ ਕੇ ਰੱਖੋ ਚਿੱਟੇ ਬਸਤਰ ਪਹਿਨੋ ਨੀਲੇ ਬਸਤਰ ਪਹਿਨੋ ਇੰਨੇ ਟਾਈਮ ਆਹ ਬਾਣੀ ਪੜੋ ਇੰਨੇ ਟਾਈਮ ਆਹ ਮੰਤਰ ਜਾਪ ਕਰੋ ਇਥੋਂ ਤੱਕ ਹੀ ਰੱਖਿਆ ਅੰਦਰ ਦਾ ਕੋਈ ਪ੍ਰਕਾਸ਼ ਦਾ ਨਾਮ ਦਾ ਸੱਚ ਦਾ ਭੇਤ ਹੀ ਨਹੀਂ ਦਿੱਤਾ ਫੁਲਾਣੀ ਪਹਾੜੀ ਦੇ ਉੱਪਰ ਠੰਡ ਵਿੱਚ ਜਾ ਕੇ ਭਗਤੀ ਕਰ ਲਓ ਨਦੀ ਦੇ ਵਿੱਚ ਖੜ ਕੇ ਭਗਤੀ ਕਰ ਲਓ ਠੰਡੇ ਪਾਣੀ ਵਿੱਚ ਖੜ ਕੇ ਭਗਤੀ ਕਰ ਲਓ ਅਗਣ ਵਿੱਚ ਖੜ ਕੇ ਭਗਤੀ ਕਰ ਲਓ ਇੰਨੇ ਦਿਨ ਵਰਤ ਰੱਖੋ ਇੰਨੇ ਦਿਨ ਪੂਜਾ ਕਰੋ ਆਹ ਕਰੋ ਉਹ ਕਰੋ ਬਾਹਰੀ ਤੌਰ ਤੇ ਸਾਡੇ ਤੋਂ ਯਤਨ ਕਰਵਾਉਂਦੇ ਰਹੇ ਬਾਹਰੀ ਤੌਰ ਤੇ ਸਾਡੇ ਤੋਂ ਇਮਾਰਤਾਂ ਦੀ ਸੇਵਾ ਕਰਾਉਂਦੇ ਰਹੇ ਬਾਹਰੀ ਤੌਰ ਤੇ ਸਾਡੇ ਤੋਂ ਆਪ ਦੇ ਤਨ ਦੀ ਸੇਵਾ ਕਰਾਉਂਦੇ ਰਹੇ ਸਾਡੇ ਤੋਂ ਆਪ ਦੀ ਆਪ ਦੀ ਸੇਵਾ ਦੇ ਲਈ ਇਸ ਮਾਇਆ ਦੇ ਵਿੱਚ ਦਾਨਪੂਰਨ ਕਰਵਾਉਂਦੇ ਰਹੇ ਸਿਰਫ ਮਾਇਆ ਦੀ ਸੇਵਾ ਤੇ ਮਾਇਆ ਦੀ ਭਗਤੀ ਤੇ ਮਾਇਆ ਦੇ ਸ਼ਬਦਾਂ ਦੇ ਨਾਲ ਤੇ ਮਾਇਆ ਦੇ ਮੰਤਰਾਂ ਦੇ ਨਾਲ ਜੋੜ ਕੇ ਰੱਖਿਆ ਪਰ ਅੰਦਰੋਂ ਜਿਹੜੀ ਇਸੁਰਤ ਸੀ ਉਹ ਅੰਦਰਲੇ ਪਾਸੇ ਭੇਤ ਨਹੀਂ ਦਿੰਦਾ ਕਿ ਜਿਹੜਾ ਇਹ ਮਨ ਦਾ ਮਸਤਕ ਹੈ ਤਨ ਦਾ ਮਸਤਕ ਤਾਂ ਸਭ ਪਛਾਣਦੇ ਨੇ ਜਿਹੜਾ ਮਨ ਦਾ ਮਸਤਕ ਹੈ ਉਸ ਮਸਤਕ ਦੇ ਵਿੱਚ ਨਾਦ ਵਜਦਾ ਪਿਆ ਮਨ ਮੰਦਰ ਤਨ ਵੇਸ਼ ਕਲੰਦਰ ਘਟ ਹੀ ਤੀਰਥਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਨਾ ਮਨ ਦੇ ਮਸਤਕ ਦੇ ਉੱਪਰ ਜਦੋਂ ਤੁਸੀਂ ਜਾਓਗੇ ਉਸੋ ਮਸਤਕ ਨੂੰ ਪਛਾਣ ਕੇ ਜਦੋਂ ਉਥੇ ਸੁਰਤ ਜਾਏਗੀ ਉਥੇ ਨਾਦ ਵੱਜਦਾ ਪਿਆ ਜਿਵੇਂ ਜਿਵੇਂ ਮਸਤਕ ਦੀਆਂ ਗਹਿਰਾਈਆਂ ਦੇ ਵਿੱਚ ਓਨਮਨ ਦੇ ਵਿੱਚ ਜਾਂਦੇ ਜਾਓਗੇ ਸ਼ਬਦਾਂ ਦੀ ਚਨਕਾਰ ਚੱਲਦੀ ਪਈ ਹੈ ਅੰਮ੍ਰਿਤ ਰਸ ਦਾ ਆਨੰਦ ਚੱਲਦਾ ਪਿਆ ਤੇ ਉਹ ਸਾਰਾ ਮਨ ਦਾ ਜਿਹੜਾ ਮਸਤਕ ਹੈ ਉਹ ਸਤਿਗੁਰ ਦੇ ਚਰਨਾਂ ਦੇ ਵਿੱਚ ਸਮਾਉਂਦਾ ਪਿਆ ਪ੍ਰਕਾਸ਼ ਦੇ ਵਿੱਚ ਸਮਾਉਂਦਾ ਹੋਇਆ ਉਪਰ ਸਤਿਗੁਰ ਦੇ ਚਰਨ ਨੇ ਪ੍ਰਕਾਸ਼ ਰੂਪੀ ਨੀਚੇ ਮਨ ਦਾ ਮਸਤਕ ਹੈ ਤੇ ਮਨ ਦੇ ਮਸਤਕ ਦੇ ਵਿੱਚ ਗੁਰੂ ਨੇ ਨਾਮ ਪ੍ਰਗਟ ਕੀਤਾ ਤੇ ਉਸ ਨਾਮ ਦੇ ਰਾਈ ਅਸੀਂ ਫਿਰ ਪਵਣ ਦੇ ਵਿੱਚ ਖੇਡਣ ਆਉਣਾ ਹੈ ਇਸ ਸਰੀਰ ਦੇ ਵਿੱਚ ਖੇਡਣ ਆਉਣਾ ਹੈ ਤੇ ਇਸ ਵਿਖਿਆ ਦੇ ਸੰਸਾਰ ਤੋਂ ਉਸ ਸਰੀਰ ਉਸ ਨਾਮ ਦੇ ਨਾਲ ਜੁੜ ਕੇ ਮਸਤਕ ਚ ਹੁੰਦੇ ਦਸਵੇਂ ਕਰ ਦੇ ਵਿੱਚ ਜਾ ਕੇ ਸੱਚ ਦੇ ਵਿੱਚ ਜਾ ਬਰਜਣਾ ਜਿਨੇ ਨਹੀਂ ਪਛਾਣ ਕੀਤੀ ਚੰਚਲ ਚੀਤ ਨਰਹੀ ਠਾਏ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਰ ਧਾਰੇ ਚੀਤ ਚਿਰ ਜੀਵਨ ਚੇਤਨ ਨਿਤਨੀਤ ਮਹਾਰਾ ਜੀ ਕਹਿੰਦੇ ਜਿਹੜੇ ਚੰਚਲ ਚੇਤ ਨੇ ਉਹ ਇੱਕ ਥਾਂ ਤੇ ਨਹੀਂ ਰੁਕਦੇ ਉਹਨਾਂ ਦੇ ਜਿਹੜਾ ਮਿਰਗ ਨੇ ਅੰਦਰ ਪੰਜ ਮਿਰਗ ਨੇ ਉਹਨਾਂ ਦੀਆਂ ਅੰਗੂਰਾਂ ਦੀ ਫਸਲ ਉਨ੍ਹਾਂ ਦੀ ਬਾਗਾਂ ਦੀ ਫਸਲ ਚੋਰੀ ਮਿਰਗ ਅੰਗੂਰੀ ਖਾਏ। ਹੁਣ ਮਿਰਗ ਜਿਹੜੇ ਇਹ ਪੰਜ ਨੇ ਪੰਜ ਮਿਰਗ ਸਹਿਜੇ ਬੰਦੇ ਜਾਣੀ ਸਹਿਜ ਵਿੱਚ ਜਾ ਕੇ ਇਹਨਾਂ ਨੂੰ ਬੰਨ੍ਹਿਆ ਨੇ ਤੇ ਇਹ ਮਿਰਦ ਸੁਆਸਾਂ ਦੀਆਂ ਅੰਗੂਰੀਆਂ ਤੇ ਸੁਆਸਾਂ ਦੇ ਵਿੱਚ ਆਉਂਦੇ ਅਮਰਤ ਰਸ ਦੀਆਂ ਅੰਗੂਰੀਆਂ ਖਾਈ ਜਾਂਦੇ ਨੇ। ਤੇ ਜਿਨ੍ਹਾਂ ਨੇ ਚਰਨ ਕਮਲ ਨੂੰ ਸਾਹਮਣੇ ਪ੍ਰਕਾਸ਼ ਦੇ ਸੰਮੁਖ ਹੋ ਗਏ ਚਰਨ ਕਮਲ ਉਰਤਾਰੇ ਚੀਤ ਚਿਰ ਜੀਵਨ ਚੇਤਨ ਨਿਤਨੀਤ ਮਹਾਰਾਜ ਜੀ ਕਹਿੰਦੇ ਚਿੰਤਤ ਹੀ ਦੀਸੈ ਸਭ ਕੋਏ ਚੇਤਾ ਏਕ ਤਹੀਂ ਸੁਖ ਹੋਏ ਜਿੰਦਾ ਸੱਚ ਦੇ ਉੱਪਰ ਧਿਆਨ ਨਹੀਂ ਲੱਗਾ ਉਹ ਚਿੰਤਾ ਦੇ ਵਿੱਚ ਹੀ ਹੈ ਜਿੰਨਾ ਸੰਸਾਰ ਹੈ ਕਹਿੰਦੇ ਚਿੰਤਤ ਹੀ ਦੀਸੈ ਸਭ ਕੋਏ ਚੇਤਾ ਏਕ ਤਹੀਂ ਸੁਖ ਹੋਏ ਜਿੰਦੇ ਚੇਤੇ ਵਿੱਚ ਏਕ ਆ ਗਿਆ ਮਨ ਕਰਕੇ ਚੇਤੇ ਵਿੱਚ ਧਿਆਨ ਵਿੱਚ ਏਕ ਆ ਗਿਆ ਉਹ ਸੁਖ ਹੋ ਗਿਆ ਚਿਤ ਵਸੈ ਰਾਜੇ ਹਰਨਾਏ ਮੁਕਤ ਭਇਆ ਪਤ ਸਿਓ ਘਰ ਜਾਏ ਜਿੰਦੇ ਚਿੱਤ ਦੇ ਵਿੱਚ ਨਾਮ ਰਚ ਗਿਆ ਹਰੀ ਰਚ ਗਿਆ ਉਹ ਇਥੋਂ ਮੁਕਤ ਹੋ ਕੇ ਆਪਦੇ ਘਰ ਦੇ ਵਿੱਚ ਚਲਾ ਜਾਂਦਾ ਨਹੀਂ ਤਾਂ ਸਾਰਾ ਸੰਸਾਰ ਜਾਨਵਰਾਂ ਦੀ ਨਿਆਈਂ ਪ੍ਰੇਤਾਂ ਦੀ ਨਿਆਈਂ ਇਸ ਵਿਖੇ ਆ ਸਰੀਰ ਦੇ ਨਾਲ ਕਰਮ ਦੇ ਨਾਲ ਮੋਹ ਪਾ ਕੇ ਛੀਜੇ ਜੋ ਬਨ ਜਰਵਾ ਸਰਕਾਲ ਕਾਇਆ ਛੀਜੇ ਭਈ ਸਿਵਾਲ ਇਹ ਥੇ ਹੀ ਫਿਰਦਾ ਰਹਿੰਦਾ ਹੈ ਤੇ ਬਹੁਤ ਗਹਿਰੀਆਂ ਕਠਿਨਾਈਆਂ ਵਿੱਚ ਬਹੁਤ ਗਹਿਰੇ ਦੁੱਖ ਤੇ ਭਵਜਲ ਦੇ ਵਿੱਚ ਡੁੱਬਿਆ ਹੋਇਆ ਕੋਈ ਵੀ ਨਹੀਂ ਕੱਢਣ ਵਾਲਾ ਜਿਹੜਾ ਤੁਹਾਨੂੰ ਦੱਸਿਆ ਹੈ ਕਿ ਇਹ ਸਿਰ ਤੋਂ ਲੈ ਕੇ ਸਰੀਰ ਤੱਕ ਦਾ ਜਿਹੜਾ ਥੱਲੇ ਤੱਕ ਦਾ ਨਕਸ਼ਾ ਹੈ ਇਹ ਬਹੁਤ ਯੁੱਗਾਂ ਦੇ ਵਿੱਚ ਵੀ ਪਾਰ ਨਹੀਂ ਹੁੰਦਾ ਕੈਸੀ-ਕੈਸੀ ਜੂਨ ਕੈਸੇ-ਕੈਸੇ ਰੋਮ ਮਿਲਦੇ ਨੇ ਕੈਸੇ ਕੈਸੇ ਵਿਚਾਰਾਂ ਦੇ ਵਿੱਚ ਭੋਗ ਭੋਗਣਾ ਪੈਂਦਾ ਹੈ ਤੇ ਜਿਨਨੇ ਨਰਕ ਨੇ ਜਿਨਨੇ ਨਰਕ ਨੇ ਉਹ ਸਾਰੇ ਮਨਮੁਖ ਭੋਗਦਾ ਹੈ ਸੋ ਹੁਣ ਤਾਂ ਸਾਨੂੰ ਮੌਕਾ ਮਿਲ ਗਿਆ ਸੱਚ ਵਿੱਚ ਸਮਾਉਣ ਦਾ ਐਨੇ ਅਥਾ ਖੁੱਲੇ ਪੰਡਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ ਦਿੱਤੇ ਨੇ ਬ੍ਰਹਮ ਗਿਆਨ ਦੇ ਸਰੀਰ ਦੇ ਵਿੱਚ ਨਾਮ ਕਿਹੜੀ ਜਗ੍ਹਾ ਤੇ ਹੈ 81 ਲੱਖ ਜੂਨ ਕਿਸ ਏਰੀਏ ਵਿੱਚ ਹੈ ਗੁਰੂ ਕਿੱਥੇ ਬੈਠਾ ਸਾਡੇ ਅੰਦਰ ਪੂਰਾ ਗੁਰੂ ਸਾਡੇ ਅੰਦਰ ਕਿੱਥੇ ਬੈਠਾ ਹੈ ਸਤਿਗੁਰ ਸਾਡੇ ਅੰਦਰ ਕਿੱਥੇ ਆ ਅੰਮ੍ਰਿਤ ਦਾ ਕੁੰਡ ਸਾਡੇ ਅੰਦਰ ਕਿੱਥੇ ਆ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਭੇਜ ਦੇ ਦਿੱਤਾ ਹੈ ਬਸ ਅਸੀਂ ਉਸ ਭੇਤ ਨੂੰ ਲੈ ਕੇ ਪ੍ਰੈਕਟੀਕਲ ਕਰਕੇ ਵਿਸ਼ਵਾਸ ਕਰਨਾ ਹੈ ਤੇ ਫਿਰ ਸਹਿਜ ਸੁਭਾਅ ਹੀ ਸਾਡੇ ਅੰਦਰੋਂ ਅੰਤਰਖੂਟਾ ਅਮਰਤ ਪਰਿਆਸ ਸ਼ਬਦੇ ਕਾਢ ਪੀਏ ਪੁਨਿਹਾਰੀ ਸ਼ਬਦ ਦੇ ਨਾਲ ਕਾਢ ਕਾਢ ਕੇ ਅਮਰਤ ਪੀਤੀ ਜਾਣਾ ਹੈ ਅਮਰਤ ਪੀਵੋ ਸਦਾ ਚਿਰ ਜੀਵੋ ਤੇ ਸਦਾ ਸਦਾ ਲਈ ਸਾਡਾ ਮਨ ਜੀਵਤ ਹੋ ਜਾਏਗਾ ਫਿਰ ਨਾਮ ਨੂੰ ਸੁਣ ਸੁਣ ਕੇ ਸੇਵਾ ਕਰਦੇ ਰਹਿਣਾ ਸੱਚ ਨੂੰ ਦੇਖਦੇ ਕੇ ਸੇਵਾ ਕਰਦੇ ਰਹਿਣਾ ਇਹ ਪਵਨ ਦਾ ਇਹ ਮਾਇਆ ਦਾ ਇਹ ਕਾਲ ਦਾ ਤਾਂ ਇਹ ਕਰਮ ਹੈ ਇਹਨਾਂ ਨੇ ਆਪਾਂ ਨੂੰ ਆਪਦੇ ਵੱਲ ਪ੍ਰੇਰਣਾ ਇਹਨਾਂ ਨੇ ਗੋਲ ਘੁੰਮਣ ਘੇਰੀ ਦੇ ਵਿੱਚ ਪਾ ਕੇ ਸਾਨੂੰ ਸਾਡੇ ਇਸ ਮਨ ਨੂੰ ਇਸ ਦੇਸ਼ ਦੇ ਵਿੱਚੋਂ ਨਿਕਲਣ ਦੇ ਲਈ ਰੋਕਣਾ ਜਿਹੜੇ ਸਾਡੇ ਸਭ ਤੋਂ ਨੇੜੇ ਦੇ ਸੰਜੋਗੀ ਨੇ ਪਰਿਵਾਰ ਹੈ ਬੱਚੇ ਜਿਨ੍ਹਾਂ ਨੂੰ ਅਸੀਂ ਨੇੜੇ ਦੇ ਸਗੇ ਕਹਿੰਦੇ ਹਾਂ ਇਹਨਾਂ ਦੇ ਰਾਹੀਂ ਹੀ ਇਹਨਾਂ ਨੇ ਸਾਨੂੰ ਫੜਿਆ ਹੋਇਆ ਅਕਾਲਪੁਰਖ ਤੇ ਸੱਚ ਦੀ ਭਗਤੀ ਵਿੱਚ ਸਭ ਤੋਂ ਵੱਡੀ ਰੁਕਾਵਟੀ ਪਰਿਵਾਰ ਹੈ ਦੁਨਿਆਵੀ ਜਿੰਦਾ ਪਰਿਵਾਰ ਹੈ ਤੇ ਜਿਸ ਗੁਰਮਖ ਨੇ ਕਿਰਪਾ ਕਰ ਲਈ ਹੈ ਅਕਾਲ ਪੁਰਖ ਨੇ ਕਿਰਪਾ ਕਰ ਦਿੱਤੀ ਏ ਵੀ ਦੁਨਿਆਵੀ ਪਰਿਵਾਰ ਵੀ ਉਹਨੇ ਗੁਰਮਖ ਬਣਾ ਲਿਆ ਉਹਦੇ ਲਈ ਫਿਰ ਦੁਨਿਆਵੀ ਪਰਿਵਾਰ ਜੇ ਬੱਚੇ ਜਾਂ ਮਾਤਾ ਪਿਤਾ ਰਕਾਉਟ ਨਹੀਂ ਰਹਿੰਦੇ ਕਿਉਂਕਿ ਜਦੋਂ ਸਾਰਿਆਂ ਦੇ ਮਾਨੇ ਗੁਰਮਖ ਹੋ ਗਏ ਉਹ ਤਾਂ ਇੱਕ ਇੱਕ ਚਿਤ ਹੋ ਗਏ ਇੱਕ ਮਨ ਹੋ ਗਏ ਤੇ ਜਿਸ ਪਰਿਵਾਰ ਦੇ ਵਿੱਚ ਮਨਮੁਖ ਦਾ ਵਾਸਾ ਹੈ ਤੇ ਮਨਮੁਖ ਬਣ ਪ੍ਰੇਤ ਹੈ ਮਨਮੁਖਤ ਪ੍ਰੇਤ ਉਸ ਘਰ ਦੇ ਵਿੱਚ ਪ੍ਰੇਤ ਦਾ ਵਾਸਾ ਹੈ ਉਸ ਘਰ ਦੇ ਵਿੱਚ ਪ੍ਰਤੱਖ ਕਾਲ ਦਾ ਵਾਸਾ ਹੈ ਉਸ ਘਰ ਦੇ ਵਿੱਚ ਪ੍ਰਤੱਖ ਮਾਇਆ ਦਾ ਵਾਸਾ ਹੈ ਆ ਸਾਡਾ ਇਹੀ ਮਨੋਰਥ ਹੈ ਵੀ ਮੈਂ ਜਿਹੜੀ ਗੱਲ ਕਹੀ ਸੀ ਵੀ ਇੱਕ ਮਨ ਮੁਕਤ ਹੋਇਆ ਇੱਕੀ ਕੁਲਾਂ ਦਾ ਉਧਾਰ ਹੋ ਗਿਆ ਇੱਕੀ ਕੁਲਾਂ ਨੂੰ ਸਮਾਂ ਮਿਲ ਜਾਂਦਾ ਹੈ ਉਧਾਰ ਦਾ ਮਤਲਬ ਹੈ ਵੀ ਸਮਾਂ ਮਿਲਦਾ ਹੈ ਉਹ ਚਾਹੇ ਕਿਤੇ ਵੀ ਨੇ ਉਹਨਾਂ ਨੂੰ ਦੁਬਾਰਾ ਮਾਨਸ ਜਾਮਾ ਦੇ ਕੇ ਭਗਤੀ ਕਰਨ ਦਾ ਸਮਾਂ ਮਿਲਦਾ ਹੈ ਉਹਨਾਂ ਨੂੰ ਬਲ ਬੁੱਧ ਦੇ ਲਈ ਸਮਰੱਥਾ ਦਿੱਤੀ ਜਾਂਦੀ ਹੈ ਕਿ ਜਿਵੇਂ ਸਾਡਾ ਕੋਈ ਇੱਕ ਐਸਾ ਕੋਈ ਅਸੀਂ ਵੱਡੀ ਪੋਸਟ ਤੇ ਆ ਸਾਡੇ ਪਰਿਵਾਰ ਵਿੱਚੋਂ ਕੋਈ ਸੰਜੋਗੀ ਨੇ ਕੋ ਮਾੜਾ ਕੰਮ ਕਰ ਲਿਆ ਤੇ ਸਾਡੇ ਮੂੰਹ ਨੂੰ ਵੇਖ ਕੇ ਜਿਵੇਂ ਕੋ ਥਾਣੇ ਵਿੱਚ ਜਾਂ ਕੋ ਵੱਡਾ ਜੱਜ ਜਾਂ ਪੁਲਿਸ ਜਾਂ ਕੋ ਵਕੀਲ ਉਹਨੂੰ ਬਖਸ਼ ਦੇਵੇ ਸਮਾਂ ਦਿੱਤਾ ਜਾਵੇ ਤੇ ਉਹਨੂੰ ਸਮਾਂ ਦੇ ਕੇ ਚੰਗੇ ਸਕੂਲ ਵਿੱਚ ਪੜਾਇਆ ਜਾਵੇ ਉਹਦੇ ਤੇ ਪੈਸਾ ਖਰਚ ਲਾਇਆ ਜਾਵੇ ਵੀ ਇਹ ਭਾਈ ਉਹਨਾਂ ਦੇ ਪਰਿਵਾਰ ਦਾ ਸੰਗੀ ਸੰਜੋਗੀ ਹੈ ਤੇ ਇਹਨੂੰ ਸਮਾਂ ਦਿਓ ਤੇ ਇਹ ਸੁਧਰ ਜੇ ਮਾਲਕ ਉਹਨਾਂ ਦਾ ਉਧਾਰ ਕਰਦਾ ਹੈ ਪਰ ਜੇ ਉਹੀ ਜੀ ਪ੍ਰਚਾਰ ਕਰੇ ਨਾਮ ਜਪੇ ਜਪਾਏ ਅੱਗੇ ਵੀ ਭੇਤ ਦੇਵੇ ਨਿਸ਼ਕਾਮ ਰੂਪ ਦੇ ਵਿੱਚ ਜੇ ਨਿਸ਼ਕਾਮ ਰੂਪ ਦੇ ਵਿੱਚ ਨਾਮ ਦਾ ਭੇਤ ਦੇਵੇ ਤੇ ਉਹ ਫਿਰ ਪਤਾ ਨਹੀਂ ਕਿੰਨਿਆਂ ਕੁ ਗੁਲਾਂ ਦਾ ਉਧਾਰ ਕਰ ਜਾਂਦਾ ਹੈ ਕਿੰਨਾ ਕੁ ਸੰਸਾਰ ਦੇ ਵਿੱਚ ਉਧਾਰ ਕਰ ਜਾਂਦਾ ਹੈ ਹੁਣ ਜੋ ਗੰਢ ਬੰਨ ਕੇ ਰੱਖ ਲੈਂਦੇ ਨੇ ਸਿਰਫ ਆਪ ਤੱਕ ਰੱਖਣ ਦੀ ਕੋਸ਼ਿਸ਼ ਕਰਦੇ ਨੇ ਸਾਂਝੀ ਨਹੀਂ ਕਰਦੇ ਜਾਂ ਇਸ ਧਨ ਨੂੰ ਅੱਗੇ ਨਹੀਂ ਵੰਡਦੇ ਪੇਤ ਹੋਣ ਤੋਂ ਬਾਅਦ ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਨੇ ਮਨ ਮੁਕਿਆ ਕਬੀਰ ਸਾਹਿਬ ਕਹਿੰਦੇ ਇਹ ਧਨ ਮੇਰੇ ਹਰ ਕੋ ਨਾਉ ਗਾਂਠ ਨਾ ਬੰਦੂ ਵੇਚਣਾ ਖਾਉ ਕਹਿੰਦੇ ਮੇਰੇ ਕੋਲ ਹਰੀ ਦੇ ਨਾਮ ਦਾ ਧਨ ਹੈ ਪਰ ਕਹਿੰਦੇ ਗਾਂਠ ਨਾ ਬੰਧੂ ਇਹ ਵੀ ਨਹੀਂ ਵੀ ਮੈਂ ਲਕੋ ਕੇ ਰੱਖਿਆ ਹੋਇਆ ਗੰਡ ਮਾਰ ਕੇ ਰੱਖ ਲਿਆ ਇਹ ਧਨ ਮੇਰੇ ਹਰ ਕੋ ਨਾਉ ਗਾਂਠ ਨਾ ਬੰਧੂ ਫਿਰ ਅੱਗੇ ਦੂਜੀ ਗੱਲ ਇਹ ਅਸੀਂ ਬੇਚ ਨਾ ਖਾਉ ਇਹ ਵੀ ਨਹੀਂ ਵੀ ਇਸ ਨਾਮ ਦੇ ਪਿੱਛੇ ਮੈਂ ਮਾਇਆ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਧਨ ਨਾਮ ਦਾ ਪਰ ਉਹਦਾ ਲਾਹਾ ਮੈਂ ਮਾਇਆ ਵਿੱਚ ਲੈ ਰਿਆ ਵੀ ਨਾਮ ਦੀ ਆੜ ਲੈ ਕੇ ਮਾਇਆ ਨੂੰ ਕਮਾਉਣਾ ਨਾਮ ਨੂੰ ਚਮਕਾਉਣਾ ਰਾਜਨੀਤੀ ਕਰਨੀ ਪੈਸਾ ਬਣਾਉਣਾ ਜ਼ਮੀਨਾਂ ਜਦਾਤਾ ਨਾਮ ਦੇ ਉੱਪਰ ਬਣਾਉਣੀ ਹੈ ਨਹੀਂ ਨਾ ਤਾਂ ਗੰਡ ਮਾਰਨੀ ਹੈ ਨਾ ਵੇਚ ਕੇ ਖਾਣਾ ਹੈ ਨਿਸ਼ਕਾਮ ਰੂਪ ਦੇ ਵਿੱਚ ਸਿਰਫ ਗਾਹਕ ਨੂੰ ਪਛਾਨਣਾ ਇਹ ਨਹੀਂ ਹਰ ਇੱਕ ਨੂੰ ਇਸ ਨਾਮ ਧੰਨ ਦੇ ਦੀਆਂ ਤੁਸੀਂ ਜਿਹੜੀਆਂ ਨੇ ਉਹ ਐਸਾ ਵੰਡ ਦਿਓ ਵੀ ਜਿਹੜੇ ਮੂਰਖ ਨੇ ਜਾਂ ਜਿਹੜੇ ਨਹੀਂ ਵੀ ਸੁਣਨਾ ਚਾਹੁੰਦੇ ਉਹ ਫਿਰ ਮਜ਼ਾਕ ਉਡਾਉਂਦੇ ਨੇ ਜਿਹੜੇ 파ਰਖੂ ਨੇ ਜਿਹੜੇ ਗੁਣਾ ਦੇ ਗਾਹਕ ਨੇ ਜਿਹੜੇ ਤੁਹਾਡੇ ਤੋਂ ਲਾਹਾ ਲੈਣੇ ਚਾਹੁੰਦੇ ਨੇ ਉਹਨਾਂ ਨੂੰ ਇਸ ਧਨ ਨੂੰ ਵਰਸਾਓ ਉਹਨਾਂ ਦੇ ਉੱਪਰ ਇਸ ਧਨ ਦੇ ਗਿਆਨ ਦੀ ਕਿਰਪਾ ਕਰ ਦਿਓ ਜਿੰਨਾ ਵੀ ਤੁਹਾਨੂੰ ਭੇਤ ਹੈ ਤਾਂ ਕਿ ਉਹਨਾਂ ਦੇ ਉੱਪਰ ਵੀ ਆਧਾਰ ਹੋ ਜਾਵੇ ਤੁਸੀਂ ਤਾਂ ਆਪਦੀਆਂ ਕੁਲਾਂ ਤਾਰ ਲਈਆਂ ਰਸ ਲੈ ਲਿਆ ਜੀਵਨ ਮੁਕਤ ਕਰ ਲਿਆ ਉਹਨਾਂ ਦਾ ਵੀ ਉਧਾਰ ਹੋ ਜਾਏ ਤੇ ਜਿਹੜਾ ਕਲਯੁਗ ਦੇ ਵਿੱਚ ਨਾਮ ਦੀ ਲਹਿਰ ਹੈ ਸਤਜੋਗ ਹੋਣਾ ਉਹ ਕੰਮ ਅਕਾਲ ਪੁਰਖ ਨੂੰ ਕਰਨਾ ਸੌਖਾ ਹੋ ਜਾਵੇ ਕਿਉਂਕਿ ਜਿਵੇਂ ਕਾਲ ਆਪਦਾ ਝਾਲ ਮਨਮੁੱਖਾਂ ਦੇ ਰਾਹੀਂ ਫਲਾਉਂਦਾ ਹੈ ਸਿੱਧਾ ਨਹੀਂ ਫਲਾਉਂਦਾ ਮਨਮੁੱਖਾਂ ਨੂੰ ਵਿਚਾਰ ਦੇ ਦੇ ਕੇ ਮਨਮੁੱਖਾਂ ਨੂੰ ਨਸ਼ੇ ਦੇ ਨਾਲ ਜੋੜ-ਜੋੜ ਕੇ ਉਹ ਆਪਦਾ ਤੰਤਰ ਫਲਾਉਂਦਾ ਹੈ ਇਸੇ ਤਰੀਕੇ ਅਕਾਲ ਪੁਰਖ ਵੀ ਸਿੱਧੇ ਨਹੀਂ ਸੰਸਾਰ ਦਾ ਉਧਾਰ ਕਰਦੇ ਉਹ ਵੀ ਆਪ ਦੀ ਮੌਜ ਦੇ ਵਿੱਚ ਖਾਲਸੇ ਨੂੰ ਪ੍ਰਗਟ ਕਰਕੇ ਤੇ ਨਾਮ ਦੀ ਲਹਿਰ ਚਲਾਉਂਦੇ ਨੇ ਖਾਲਸਾ ਕਾਲ ਪੁਰਖ ਕੀ ਫੌਜ ਫਿਰ ਕੀ ਕਹਿੰਦੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਮਾਲਕ ਆਪ ਦੀ ਮੌਜ ਵਿੱਚ ਖਾਲਸੇ ਨੂੰ ਪ੍ਰਗਟ ਕਰ ਦਿੰਦੇ ਨੇ ਕੀ ਕਹਿੰਦੇ ਸਾਧ ਕੇ ਸੰਗ ਸਭ ਕੁਲ ਉਧਾਰੇ ਜਦੋਂ ਸਾਧ ਦੇ ਸੰਗ ਅਸੀਂ ਗਏ ਕਹਿੰਦੇ ਸਾਡੇ ਕੁਲ ਦਾ ਉਧਾਰ ਹੋ ਗਿਆ ਖਾਲਸੇ ਦੇ ਪਰਮਾਤਮ ਦੀ ਮੌਜ ਪ੍ਰਗਟ ਹੋ ਗਿਆ ਕਹਿੰਦੇ ਸਾਧ ਕੇ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕਟੰਭ ਨਸਤਾਰੇ ਫਿਰ ਅਗਲਾ ਕੀ ਕੰਮ ਕੀਤਾ ਆਪ ਜਦੋਂ ਉਧਾਰ ਕਰ ਲਿਆ ਫਿਰ ਜਿਹੜੇ ਸਾਡੇ ਸਾਜਨ ਮੀਤ ਕਟੰਭ ਸੀ ਪਰਿਵਾਰ ਭੈਣ ਭਾਈ ਸਗੇ ਮਿੱਤਰ ਉਹਨਾਂ ਨੂੰ ਵੀ ਭੇਤ ਦੇ ਕੇ ਨਾਮ ਨਾਲ ਜੋੜ ਕੇ ਉਹਨਾਂ ਦਾ ਵੀ ਨਸਤਾਰਾ ਹੋ ਗਿਆ ਸਾਧੂ ਕੇ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਦੇ ਕੋਲ ਜਾ ਕੇ ਉਹ ਧਨ ਮਿਲਦਾ ਹੈ ਫਿਰ ਉਸ ਧਨ ਨੂੰ ਗੰਡ ਬਨ ਕੇ ਨਹੀਂ ਰੱਖਣਾ ਲਕੋਣਾ ਨਹੀਂ ਝਿਜਕਣਾ ਨਹੀਂ ਸਾਰਿਆਂ ਨੂੰ ਹੀ ਵਰਸਾ ਦਿਓ ਕਹਿੰਦੇ ਸਾਧ ਕੇ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕਟੰਬ ਨਸਤਾਰੇ ਅਸੀਂ ਤਾਂ ਉਧਾਰ ਹੋਇਆ ਸਾਡੇ ਸਗੇ ਸੰਯੋਗੀ ਭੈਣ ਭਾਈ ਜਿਹੜੇ ਸੀ ਉਹ ਵੀ ਨਸਤਰ ਗਏ ਸਾਧੂ ਕੇ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਦੇ ਸੰਗ ਸਾਨੂੰ ਉਹ ਧਨ ਮਿਲਿਆ ਜਿਨ੍ਹਾਂ ਨੂੰ ਫਿਰ ਦੂਜਿਆਂ ਨੂੰ ਵੀ ਵਰਸਾਤਾ ਸੀ ਇਕੱਠ ਦਾ ਗਿਆਨ ਸ਼ਬਦ ਦੇ ਭੰਡਾਰੇ ਤੇ ਉਹ ਕਥ ਦਾ ਗਿਆਨ ਤੇ ਸ਼ਬਦ ਦੇ ਭੰਡਾਰੇ ਜਦੋਂ ਵਰਤਾਏ ਤੇ ਦੂਜਿਆਂ ਨੂੰ ਵੀ ਝੋਲ ਝੋਲ ਕੇ ਅਮਰਤਰਾ ਸੌਣ ਲੱਗਾ 나ਹਦਵਾਜੇ ਵੱਜਣ ਲੱਗੇ ਇਹ ਸਾਰਾ ਧਨ ਵਰਸਾਇਆ ਗਿਆ ਸੋ ਇਸ ਤਰੀਕੇ ਗੁਰਮੁਖ ਪਿਆਰਿਓ ਗੁਰਬਾਣੀ ਦੇ ਬਚਨ ਮੰਨਣੇ ਨੇ ਆਪ ਕਮਾਉਣੇ ਨੇ ਦੂਜਿਆਂ ਨੂੰ ਜੋੜਨਾ ਹੈ ਮੰਨਣਾ ਹੈ ਮਨਾਉਣਾ ਹੈ ਬਾਕੀ ਅਕਾਲ ਪੁਰਖ ਆਪਣੇ ਆਪ ਹੀ ਕਿਰਪਾ ਕਰ ਦਿੰਦੇ ਨੇ ਤੇ ਸਾਡੀ ਜੀਵਨ ਯਾਤਰਾ ਜਿਹੜੀ ਹੈ ਸਫਲ ਹੁੰਦੀ ਏ ਤੇ ਨਾਲੋਂ ਨਾਲ ਅਕਾਲ ਪੁਰਖ ਦਾ ਵੀ ਜੋ ਕਾਰਜ ਜੋ ਧਰਤੀ ਤੇ ਕਰਨਾ ਚਾਹੁੰਦੇ ਨੇ ਵੀ ਜਿਵੇਂ ਮਨਮੁਖਾਂ ਨੂੰ ਉਹਨਾਂ ਦੇ ਮਨਾਂ ਨੂੰ ਸਵਾ ਕੇ ਕਾਲ ਜਿਹੜਾ ਹੈ ਦਿਨੋਂ ਦਿਨ ਇਸ ਸੰਸਾਰ ਦੇ ਵਿੱਚ ਪਾਪ ਦਾ ਰਾਜ ਕਾਇਮ ਕਰਦਾ ਜਾਂਦਾ ਹੈ ਅਸੀਂ ਉਹੀ ਜਿਨ੍ਹਾਂ ਨੇ ਆਪਦੇ ਮਨ ਨੂੰ ਮੁਖੀ ਬਣਾ ਲਿਆ ਹੈ ਮਨਮਤ ਦੁਆਰਾ ਚੱਲ ਰਿਹਾ ਜੀਵ ਨੇ ਉਹਨਾਂ ਨੂੰ ਸ਼ਬਦ ਦਾ ਅਭਿਆਸ ਕਰਵਾ ਕੇ ਬ੍ਰਹਮ ਦਾ ਗਿਆਨ ਦੇ ਕੇ ਉਹਨਾਂ ਦੇ ਮਨਾਂ ਨੂੰ ਜਗਾਉਂਦੇ ਜਾਣਾ ਤੇ ਇਹ ਅਕਾਲ ਪੁਰਖ ਦੀ ਲਹਿਰੇ ਸੰਸਾਰ ਦੇ ਵਿੱਚ ਪੈਦਾ ਕਰਦੇ ਜਾਣੀ ਹੈ ਤਾਂ ਕਿ ਸਾਰਿਆਂ ਦਾ ਹੀ ਉਧਾਰ ਹੋਵੇ ਔਰ ਇਸ ਸੰਸਾਰ ਦੇ ਵਿੱਚ ਅਕਾਲ ਪੁਰਖ ਦੇ ਨਾਮ ਦਾ ਰਾਜ ਪੈਦਾ ਹੋਵੇ ਐਨੇ ਵਚਨ ਕਰਦੇ ਆ ਕੋਖਰਵਾਦਾ ਕਟਾ ਸੰਗਤ ਅਤੇ ਗੁਰੂ ਬਖਸ਼ਣ ਜੋਗ ਨੇ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ